ਤੇ ਅਸੀਂ ਜਿਹੜਾ ਦਰਸ਼ਨ ਕਰਕੇ ਜੇ ਸਾਨੂੰ ਅੱਤਵਾਦੀ ਕਿਹਾ ਜਾਂਦਾ ਤੇ ਇਹੋ ਜਿਹੇ ਅੱਤਵਾਦੀ ਅਸੀਂ 100 ਵਾਰੀ ਬਣਨ ਲਈ ਤਿਆਰ ਹਾਂ। ਤੇ ਅਸੀਂ ਜਿਹੜਾ ਦਰਸ਼ਨ ਕਰਕੇ ਜੇ ਸਾਨੂੰ ਅੱਤਵਾਦੀ ਕਿਹਾ ਜਾਂਦਾ ਤੇ ਇਹੋ ਜਿਹੇ ਅੱਤਵਾਦੀ ਅਸੀਂ 100 ਵਾਰੀ ਬਣਨ ਲਈ ਤਿਆਰ ਹਾਂ। ਦੇਖੋ, ਜੇ ਮੁਸਲਮਾਨ ਮੱਕੇ ਦੀ ਜ਼ਿਆਰਤ ਕਰਨ ਤੋਂ ਬਾਅਦ ਅੱਤਵਾਦੀ ਨਹੀਂ ਬਣਦਾ, ਹਿੰਦੂ ਆਪਣੇ ਕਟਾਸਰਾ ਜਾਦਕ ਹੋਰ ਤੀਰਥ ਸਥਾਨਾਂ ਦੀ ਯਾਤਰਾ ਕਰਕੇ ਜਦੋਂ ਵਾਪਸ ਜਾਂਦਾ ਉਹ ਅੱਤਵਾਦੀ ਨਹੀਂ ਬਣਦਾ, ਅਤੇ ਜੇ ਈਸਾਈ ਜਿਹੜਾ ਹੈ ਉਹ ਯੂਰਪ ਸ਼ਲਮ ਦੀ ਯਾਤਰਾ ਕਰਕੇ ਵਾਪਸ ਜਾਂਦਾ ਆਪਣੇ ਮੁਲਕਾਂ 'ਚ, ਉਹ ਅੱਤਵਾਦੀ ਨਹੀਂ ਬਣਦਾ। ਅਤੇ ਫਿਰ ਸਿੱਖ ਜਿਹੜੇ ਹੈ ਜੇ ਆਪਣੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਜਾਂਦੇ ਆ, ਤਾਂ ਉਹ ਅੱਤਵਾਦੀ ਕਿਵੇਂ ਬਣ ਗਏ? ਅਤੇ ਜੇ ਸਾਡੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਇੱਥੋਂ ਵਾਪਸ ਜਾਣ 'ਤੇ ਅਸੀਂ ਅੱਤਵਾਦੀ ਬਣਦੇ ਹਾਂ, ਅਤੇ ਸਾਡੇ ਲਈ ਦਰਸ਼ਨ ਜਿਹੜੇ ਆ ਉਹ ਬੜੀ ਅਹਿਮੀਅਤ ਰੱਖਦੇ ਆ, ਬੜੇ ਜ਼ਰੂਰੀ ਆ ਸਾਡੇ ਲਈ। ਅਤੇ ਅਸੀਂ ਜਿਹੜਾ ਦਰਸ਼ਨ ਕਰਕੇ ਜੇ ਸਾਨੂੰ ਅੱਤਵਾਦੀ ਕਿਹਾ ਜਾਂਦਾ, ਤਾਂ ਇਹੋ ਜਿਹੇ ਅੱਤਵਾਦੀ ਅਸੀਂ 100 ਵਾਰੀ ਬਣਨ ਲਈ ਤਿਆਰ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਇੰਡੀਆ ਆਪ ਜੀ ਭਾਰਤ ਸਰਕਾਰ ਤੋਂ ਇਹਦੇ ਬਾਰੇ ਔਰ ਅਕਾਲ ਤਖ਼ਤ ਤੋਂ ਇਹਦੇ ਬਾਰੇ ਕੀ ਬਿਲਕੁਲ ਕੀ ਮੰਗ? ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ DGP 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਉਹਦੇ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ, ਕਿਉਂਕਿ ਉਸਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਹੈ। ਇਸ ਬਿਆਨ ਦੇ ਨਾਲ ਸਿੱਖ ਭਾਵਨਾਵਾਂ ਆਹਤ ਹੋਈਆਂ। ਅੱਜ ਅਸੀਂ ਕਰਤਾਰਪੁਰ ਸਾਹਿਬ ਦੀ, ਪਾਕਿਸਤਾਨ ਦੀ ਧਰਤੀ 'ਤੇ ਖੜੋਤੇ ਹਾਂ, ਸਾਨੂੰ ਤਾਂ ਇੱਥੇ ਕਿਸੇ ਕਿਸਮ ਦੀ ਅਜਿਹੀ ਗੱਲ ਹੀ ਨਹੀਂ ਲੱਗੀ। ਇੱਥੇ ਤਾਂ ਪ੍ਰੇਮ ਮੁਹੱਬਤ ਤੋਂ ਸਿਵਾਏ ਸਾਨੂੰ ਮਿਲਿਆ ਹੀ ਕੁਝ ਨਹੀਂ ਹੈ। ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਹੈ, ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ, ਪੰਜਾ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ, ਡੇਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹੁਣ ਅਸੀਂ ਜਾ ਰਹੇ ਹਾਂ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਇਹ ਇੱਕ ਪ੍ਰੋਪੇਗੰਡਾ ਹੈ। ਮੈਂ ਪੰਜਾਬ ਦੇ ਵਿੱਚ, ਭਾਰਤ ਦੇ ਅੰਦਰ ਜਿਹੜੀਆਂ ਸਿੱਖ ਸੰਗਤਾਂ ਵਸਦੀਆਂ ਨੇ ਜਾਂ ਹੋਰ ਵੀ ਦੂਜੀਆਂ ਜਿਹੜੀਆਂ ਕੌਮਾਂ ਨੇ, ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਐਸਾ ਕੁਛ ਨਹੀਂ ਹੈ, ਇਹ ਸਾਡੇ ਗੁਰਧਾਮ ਹੈ, ਸਾਡੇ ਜਾਨ ਦੇ ਨਾਲੋਂ ਪਿਆਰੇ ਅਸਥਾਨ ਹੈ, ਇਹਨਾਂ ਦੀ ਯਾਤਰਾ ਕਰਨ ਵਾਸਤੇ ਆਓ, ਖੁੱਲ੍ਹ ਦਿਲੀ ਨਾਲ ਆਓ, ਆਪ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ, ਕੋਈ ਅਜਿਹੀ ਗੱਲ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਈ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।